ਬਰਨਾਲਾ ਤੋਂ ਮਾਮਲਾ ਆਇਆ ਸਾਹਮਣੇ ਜਿੱਥੇ ਕਿ ਇੱਕ ਸਰਪੰਚ ਆਪਣੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਮਗਰੋਂ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਉੱਪਰ ਚੜ ਗਿਆ। ਇਹ ਮਾਮਲਾ ਬਰਨਾਲਾ ਦੇ ਸੈਣਾ ਵਿਲੋਕ ਦੇ ਪਿੰਡ ਚੀਮਾ ਦਾ ਹੈ, ਜਿੱਥੇ ਸਰਪੰਚ ਉਮੀਦਵਾਰ ਨਿਰੰਜਨ ਸਿੰਘ ਟੈਂਕੀ ਦੇ ਉੱਪਰ ਚੜਿਆ ਹੋਇਆ ਹੈ। ਉੱਥੇ ਹੀ ਇਸ ਦੇ ਸਮਰਥਕ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੇ। ਨਿਰੰਜਨ ਸਿੰਘ ਵੱਲੋਂ ਕਿਹਾ ਗਿਆ ਕਿ ਮੇਰੇ ਤੇ ਮੇਰੀ ਪਤਨੀ ਵੱਲੋਂ ਸਰਪੰਚੀ ਦੇ ਲਈ ਨਾਮਜ਼ਦਗੀ ਕਾਗਜ਼ ਭਰੇ ਸਨ, ਜੋ ਕਿ ਵਿਰੋਧੀ ਉਮੀਦਵਾਰ ਦੇ ਸਿਆਸੀ ਪ੍ਰਭਾਵ ਕਾਰਨ ਰੱਦ ਕਰ ਦਿੱਤੇ ਗਏ, ਜਿਸ ਮਗਰੋਂ ਉਹ ਰੋਸ ਪ੍ਰਦਰਸ਼ਨ ਕਰਦਾ ਹੋਇਆ ਟੈਂਕੀ ਦੇ ਉੱਤੇ ਚੜ ਗਿਆ। ਨਿਰੰਜਨ ਸਿੰਘ ਹੈ ਮੇਰਾ ਨਾਮ, ਪਿੰਡ ਮੇਰਾ ਚੀਮਾ ਜੋਧਪੁਰਾ ਜੀ ਕੋ, ਮੈਂ ਬਲਾਸਾਂ ਤੇ ਮੈਂਬਰ ਹਾਂ ਮੌਜੂਦਾ, ਤੇ ਤਿੰਨ ਵਾਰ ਮੈਂ ਇਲੈਕਸ਼ਨ ਲੜੀ, ਤਿੰਨ ਪਹਿਲਾਂ ਮੈਂਬਰੀ ਦਾ ਲੜਾਈ, ਫਿਰ ਮੈਂ ਹੁਣ ਸਰਪੰਚ ਦਾ, ਫਿਰ ਹੁਣ ਸਰਪੰਚ ਲੜ ਰਿਹਾ ਜੀ। ਹੁਣ ਮੈਂ ਮੌਜੂਦਾ ਬਲਾਸਾਂ ਤੇ ਮੈਂਬਰ ਹਾਂ। ਮੈਂ ਨਾ ਜੀ ਕਾਗਜ਼ ਭਰਿਆ ਸਰਪੰਚੀ ਦੇ, ਸਾਰਾ ਆਪਣਾ ਸੈਕਟਰੀ ਨੇ ਵੀ ਸੈਨ ਕਰਤੇ, ਸੰਮਤੀ ਨੇ ਵੀ, ਪਟਵਾਰੀ ਸੈਨ ਕਰਤੇ, ਪੰਚਾਇਤ ਅਫਸਰ ਵੀ ਸੈਨ ਕਰਤੇ, ਪੀ ਡੀ ਓ ਸਾਹਿਬ ਨੇ ਵੀ ਸੈਨ ਕਰਤੇ, ਸੈਨ ਕਰਕੇ ਸਾਰਾ ਕਲੀਅਰ ਕਰਕੇ ਮੈਨੂੰ ਐਨ ਓ ਸੀ ਦੇ ਦਿੱਤੀ ਜੀ ਉਹਨਾਂ ਨੇ। ਐਨ ਓ ਸੀ ਤੋਂ ਬਾਅਦ ਮੈਂ ਪਾਸ ਭਰਾ ਕੇ ਸਾਰਾ ਕੁਝ ਲਾ ਕੇ, ਸਾਰਾ ਨਾਲ ਮੈਂ ਅੱਜ ਜੋ ਮੇਰੇ ਡਾਕੂਮੈਂਟ ਸੀ ਮੇਰੇ ਨਾਲ ਮੈਂ ਸਾਰੇ ਲਾਤੇ ਪੂਰਵ, ਇੱਕ ਵਾਰ ਕੇਸ ਜੀ ਕੋਰਟ ਦੇ ਵਿੱਚ ਮੈਂ ਬਰੀ ਹੋ ਗਿਆ ਸੀ, ਉਹ ਵੀ ਮੈਂ ਨਾਲ ਲਾਤਾ, ਸਾਰੇ ਡਾਕੂਮੈਂਟ ਨਾਲ ਲਾਤੇ ਜੀ ਪੂਰਾ ਪੂਰਾ। ਅਤੇ ਮੈਂ ਕਦੋਂ ਫੜਾਇਆ, ਫਿਰ ਮੈਨੂੰ ਰਸੀਦ ਕੱਢ ਕੇ ਦਿੱਤੀ 100 ਰੁਪਏ ਨੂੰ, ਮੈਂ ਉੱਥੇ ਲੈ ਲਿਆ ਜੀ 100 ਰੁਪਏ ਲੈ ਲਿਆ। ਮੈਨੂੰ ਕਹਿੰਦੇ ਵੀ ਜਾ ਮੈਂਬਰ ਆ, ਤੇਰਾ ਕੰਮ ਓਕੇ ਹੋ ਗਿਆ। ਕੱਲ੍ਹ ਮੈਨੂੰ ਸ਼ਾਮ ਨੂੰ ਬੁਲਾਇਆ ਉਹਨਾਂ ਨੇ, ਕਹਿੰਦੇ ਮੈਂਬਰ ਆ, ਦੋ ਜਣੇ ਆਏ ਪੀ ਡੀ ਓ ਸਾਹਿਬ, ਕਹਿੰਦੇ ਵੀ ਤੇਰਾ ਕੰਮ ਆ ਇੱਥੇ ਵੀ। ਮੈਂ ਚਲਿਆ ਗਿਆ, ਮੈਨੂੰ ਕਹਿੰਦੇ ਤੁਸੀਂ ਐਫੀਡੇਟ ਦਿਓ, ਮੈਂ ਐਫੀਡੇਟ ਦੀ ਉਹਨਾਂ ਨੂੰ ਦੇਤਾ, ਅਤੇ ਮੈਨੂੰ ਕਹਿੰਦੇ ਭਾਵੇਂ ਮੇਰਾ ਤੇਰਾ ਕੰਮ ਆ ਤੂੰ ਚਲਾ ਜਾ ਘਰ ਨੂੰ। ਫਿਰੋ ਮੈਂ ਜਮ੍ਹਾਂ ਨਹੀਂ ਰਹਿ, ਮੈਨੂੰ ਕਹਿੰਦੇ ਤੇਰਾ ਅਸੀਂ ਕਾਗਜ਼ ਰੱਦ ਕਰਤੇ, ਬਸ ਆਹ ਗੱਲਬਾਤ। ਮਾਮਲਾ ਤਾਂ ਵੋਟਾਂ ਦਾ ਹੀ ਆ ਜੀ, ਮੁੰਡਾ ਇਹ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਖੜਾ ਸੀ, ਨਿਰੰਜਨ ਸਿੰਘ, ਪਹਿਲਾਂ ਵੀ 3 ਇਲੈਕਸ਼ਨ ਲੜ ਕੇ ਜਿੱਤ ਚੁੱਕਿਆ ਇਹ, ਉਦੋਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਆਹ ਹੁਣ ਜਮ੍ਹਾਂ ਐਨ ਮੌਕੇ 'ਤੇ ਆ ਕੇ ਕਿਉਂ ਇਹਦੇ ਕਾਗਜ਼ ਰੱਦ ਕੀਤੇ ਗਏ, ਅਸੀਂ ਪ੍ਰਸ਼ਾਸਨ ਤੋਂ ਇਹੀ ਪੁੱਛਣਾ ਚਾਹੁੰਦੇ ਹਾਂਗੇ। ਸਾਡੀ ਇਹੀ ਕੋਈ ਨਹੀਂ ਆਇਆ ਜੀ, ਤਾਂ ਹੀ ਤਾਂ ਸਾਰਾ ਪਿੰਡ ਇਕੱਠਾ ਹੋਇਆ ਜੀ, ਕੋਈ ਨਹੀਂ ਆਇਆ। ਸਾਡੀ ਕਿਸੇ ਨੇ ਨਾ ਉੱਥੇ ਸੁਣਵਾਈ ਕੀਤੀ ਹੈ ਬਲਾਕ 'ਚ, ਪਹਿਲਾਂ ਉੱਥੇ ਬੈਠੇ ਰਹੇ ਹਾਂ, ਅਤੇ ਨਾ ਹੁਣ ਇੱਥੇ ਵੀ 3-4 ਘੰਟੇ ਕੋਈ ਨਹੀਂ ਆਇਆ। ਅਗਲਾ ਸੰਘਰਸ਼ ਕੀ ਹੋਵੇਗਾ ਜੀ? ਅਗਲਾ ਸੰਘਰਸ਼ ਤਾਂ ਫਿਰ ਵੱਡਾ ਹੀ ਹੋਊਗਾ ਜੀ। ਇਹ ਹਾਂਜੀ, ਮੈਨੂੰ ਥੋੜ੍ਹਾ ਟਾਈਮ ਪਹਿਲਾਂ ਹੀ ਇਹ ਇਨਫੋਰਮੇਸ਼ਨ ਮਿਲੀ ਆ ਕਿ ਨਿਰੰਜਨ ਸਿੰਘ ਨਾਂ ਦਾ ਵਿਅਕਤੀ ਜਿਹੜਾ ਟੈਂਕੀ ਦੇ ਉੱਤੇ ਚੜਿਆ ਹੈਗਾ, ਕਿਸੇ ਨਾਮਜ਼ਦਗੀ ਪੱਤਰ ਜਿਹੜਾ ਉਹਦੇ ਖਾਰਜ ਹੋਣ ਦੇ ਸੰਬੰਧ ਨੂੰ ਲੈ ਕੇ, ਜਿੰਨਾ ਕੁ ਪਤਾ ਕੀਤਾ ਗਿਆ BDPO ਆਫਿਸ ਤੋਂ, ਜੋ ਮੈਨੂੰ ਪਤਾ ਲੱਗਿਆ ਕਿ ਜਿਹੜਾ ਪੰਚਾਇਤੀ ਜ਼ਮੀਨ ਦੀ ਇਨਕਰੋਚਮੈਂਟ ਨੂੰ ਲੈ ਕੇ ਕੁਛ BDPO ਆਫਿਸ ਵੱਲੋਂ ਰਿਪੋਰਟ ਹੋਇਆ ਸੀ, ਜਿਹਦੇ ਕਰਕੇ ਇਹ ਜਿਹੜੇ ਨੋਮੀਨੇਸ਼ਨ ਪੇਪਰ ਰਿਜੈਕਟ ਹੋਏ ਨੇ, ਅਤੇ ਉਹਦੇ ਸੰਬੰਧੀ ਰੋਸ ਨੂੰ ਲੈ ਕੇ ਹੀ ਉਹ ਜਿਹੜਾ ਨਿਰੰਜਨ ਸਿੰਘ ਆ ਟੈਂਕੀ 'ਤੇ ਚੜਿਆ। ਸਾਡੇ ਵੱਲੋਂ ਜਿਹੜਾ ਸਾਡੇ ਥਾਣਾ ਸਦਰ ਦੀ ਅਤੇ ਚੌਂਕੀ ਪੱਖੋਂ ਕੈਂਚੀਆਂ ਦੀ ਪੁਲਿਸ ਉੱਥੇ ਮੌਕੇ 'ਤੇ ਤੈਨਾਤ ਕਰ ਦਿੱਤੀ ਗਈ ਹੈ, ਤਾਂ ਜੋ ਕੋਈ ਵੀ ਅਣਸੁਕਾਮੀ ਘਟਨਾ ਨਾ ਵਾਪਰੇ। ਅਤੇ ਸਾਡੇ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਵੀ ਉੱਥੇ ਹਾਜ਼ਰ ਨੇ, ਅਤੇ ਨਿਰੰਜਨ ਸਿੰਘ ਦੇ ਨਾਲ ਵਾਰਤਾਲਾਪ ਕੀਤਾ ਜਾ ਰਿਹਾ, ਸੋ ਦੈਟ ਉਹਨੂੰ ਪਰਸੂਏਡ ਕਰਕੇ ਨੀਚੇ ਉਤਾਰਿਆ ਜਾ ਸਕੇ, ਅਤੇ ਜਿਹੜੀ ਵੀ ਕੋਈ ਦਿੱਕਤ ਆ ਉਹਦਾ ਹੱਲ ਕੱਢਿਆ ਜਾ ਸਕੇ।